ਚਲੋ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ, ਜਿਹਦਾ ਨਾਮ ਹੈ ਜੀ ਜੀ ਜਨਾਬ, ਜੀ ਜਨਾਬ ਅਤੇ ਜੀ ਜਨਾਬ। ਅੱਜ ਪਾਲੀ ਸਰ ਪਤਾ ਨਹੀਂ ਕਿੱਥੇ ਰਹਿ ਗਏ, ਹੁਣ ਸਰ ਨੇ ਫੋਨ ਵੀ ਨਹੀਂ ਕੀਤਾ, ਨਾ ਮੈਨੂੰ ਮੈਸੇਜ ਕੀਤਾ ਅਤੇ ਨਾ ਗੱਲ ਦੱਸ ਕੇ ਗਏ। ਚਲੋ ਹੁਣ ਸਰ ਦਾ ਦੇਖਦੇ ਹਾਂ, ਮੈਸੇਜ ਤਾਂ ਆ ਹੀ ਜਾਊਂਗਾ ਨਾ ਜਾਂ ਫਿਰ ਫੋਨ 'ਤੇ ਆਊਂਗਾ। ਚਲੋ ਆਪਾਂ ਵੇਟ ਕਰਦੇ ਹਾਂ ਸਰ ਦੀ, ਅਤੇ ਮੈਂ ਨਾ ਸਰ ਨੂੰ ਮੈਸੇਜ ਕਰ ਦਿੰਦੀ ਹਾਂ, ਪੁੱਛ ਲੈਂਦੀ ਹਾਂ ਵੈਸੇ ਕਿ ਹਾਂ ਵੀ ਸਰ ਰਹਿ ਕਿੱਥੇ ਗਏ ਆ। ਹੋਰ ਸੁਣਾਓ ਸਾਰੇ ਜਣੇ ਕਿਵੇਂ ਹੋ? ਰੁਕੋ ਮੈਂ ਮਰ ਜਾਣੇ ਜਿਉਣੇ ਨੂੰ ਸਭ ਤੋਂ ਪਹਿਲਾਂ ਫੋਨ ਕਰਾਂ। ਬੈਲ ਜਾ ਰਹੀ ਆ। ਹਾਂਜੀ ਹਾਂਜੀ, ਹੈਲੋ, ਹਾਂ ਜਿਉਣੇ ਕਿੱਦਾਂ? ਅੱਛਾ ਅੱਛਾ, ਕਿਸੇ ਦੇ ਘਰ ਗਿਆ ਤੂੰ? ਅੱਛਾ 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 ਅੱਛਾ, ਤੂੰ ਜੁਰਾਬਾਂ ਕਿਹੜੇ ਕਲਰ ਦੀਆਂ ਪਾਈਆਂ? ਅੱਛਾ ਵਾਈਟ ਵਾਈਟ ਕਲਰ ਦੀਆਂ ਨਾ। ਅੱਛਾ ਉਹਨਾਂ ਨੂੰ ਨਾ ਅੱਗੇ ਉਹਦੀ ਕੱਟ ਕੇ ਨਾ ਧੋਣ ਬਾਹਰ ਕੱਢ ਕੇ ਆਪਣੀ ਫੋਟੋ ਖਿੱਚ ਕੇ ਭੇਜੀ ਮੈਂ ਤੇਰੇ ਵਾਸਤੇ ਨਾ, ਵਾਈਟ ਕਲਰ ਦੀ ਡਰੈਸ ਦੇਖੀ ਉਹ ਪਵਾ ਕੇ ਦੇਖਣੀ ਤੇਰੇ ਬਾਅਦ ਤੋਂ ਕਿੱਦਾਂ ਦੀ ਲੱਗਦੀ ਆ। ਠੀਕ ਹੈ ਠੀਕ ਹੈ, ਛੇਤੀ ਛੇਤੀ ਜਲਦੀ ਜਲਦੀ ਭੇਜ ਦੇ, ਠੀਕ ਹੈ ਨਾ। ਚਲੋ ਜੀ, ਜਿਹਨਾਂ ਜਿਹਨਾਂ ਨੇ ਫੋਨ ਕਰਨਾ ਅੱਜ ਫੋਨ ਕਰੋ, ਆਪਾਂ ਖੁੱਲ੍ਹ ਕੇ ਗੱਲਾਂ ਕਰਦੇ ਹਾਂ ਕਿੰਨੀਆਂ ਸਾਰੀਆਂ, ਅਤੇ ਨਾਲੇ ਵੇਟ ਕਰਦੇ ਹਾਂ ਪਾਲੀ ਸਰ ਦਾ। ਅਤੇ ਉਸ ਤੋਂ ਬਾਅਦ ਕੱਲ੍ਹ ਤੋਂ ਤੁਸੀਂ ਦੇਖਿਆ ਫਿਰ ਤੋਂ ਦੁਬਾਰਾ ਮੈਨੂੰ ਪ੍ਰਪੋਜ਼ ਆਉਣਾ ਸ਼ੁਰੂ ਹੋ ਗਿਆ, ਮੈਨੂੰ ਬੜੀ ਖੁਸ਼ੀ ਹੋਈ। ਕਿੰਨੇ ਦਿਨ ਹੋ ਗਏ ਸੀ ਮੈਨੂੰ ਪ੍ਰਪੋਜ਼ ਹੀ ਨਹੀਂ ਕੀਤਾ ਕਿਸੇ ਨੇ, ਪਰਸੋਂ ਚੌਥ ਕਿਸੇ ਨੇ ਕੀਤਾ, ਪਹਿਲਾਂ ਪ੍ਰਪੋਜ਼ ਕੀਤਾ, ਮੈਂ ਜਦੋਂ ਕੀਤਾ ਹਾਂ ਕਰ ਦਿੱਤੀ ਨਾ, ਫਿਰ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਪਿਆ ਸੀ। ਦੱਸੋ ਪਿਆਰ ਕੋਈ ਮਜ਼ਾਕ ਵਾਲੀ ਚੀਜ਼ ਹੁੰਦੀ ਆ? ਨਾਲੇ ਪਿਆਰ ਤਾਂ ਕਿਸੇ ਨਾਲ ਵੀ ਹੋ ਸਕਦਾ ਨਾ, ਇਸ ਕਰਕੇ ਮੈਨੂੰ ਕਿਸੇ ਨਾਲ ਵੀ ਹੋ ਜਾਂਦਾ। ਦੇਖੋ ਕੱਲ੍ਹ ਵੀ ਹੈ ਨਾ, ਨਾਲੇ ਜਿਹੜੇ ਮੇਰੇ ਬ੍ਰਦਰ ਨੇ ਮੇਰੇ ਵਾਸਤੇ ਰਿਸ਼ਤਾ ਲੈ ਕੇ ਆਉਂਦਾ ਸੀਗਾ, ਜਿਹੜੇ ਭਾਜੀ ਹੈਗੇ ਨਾ ਉਹ ਰਿਸ਼ਤਾ ਲੈ ਗਿਆ ਅਤੇ ਕੈਂਸਲ ਹੋ ਗਿਆ, ਉਹਦੀ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ। ਰਿਸ਼ਤਿਆਂ ਦਾ ਕੀ, ਰਿਸ਼ਤੇ ਤਾਂ ਆਉਂਦੇ ਰਹਿੰਦੇ ਆ, ਹੈ ਨਾ। ਅਤੇ ਨਾਲੇ ਸੋਹਣੀਆਂ ਕੁੜੀਆਂ ਵਾਸਤੇ ਵੈਸੇ ਵੀ ਰਿਸ਼ਤੇ ਕਾਫੀ ਹੁੰਦੇ ਆ, ਬਹੁਤ ਸਾਰੇ ਰਿਸ਼ਤੇ ਹੁੰਦੇ ਆ। ਸੋ ਇੱਕ ਛੋਟਾ ਜਿਹਾ ਗਾਣਾ ਤੁਹਾਨੂੰ ਸੁਣਾਉਂਦੀ ਹਾਂ। ਹਾਂਜੀ, ਕੱਚੀ ਡੋਰੀਆਂ 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 ਸੇ ਮੈਨੂੰ ਤੂੰ ਬਾਂਧ ਲੈ, ਪੱਕੀ ਯਾਰੀਆਂ 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 ਮੈਂ ਹੁੰਦੇ ਨਾ ਬਾਂਧ ਲੈ, ਇਹ ਨਾਰਾਜ਼ਗੀ ਕਾਗਜ਼ ਸਾਰੀ ਤੇਰੀ, ਮੇਰੇ ਸੋਹਣਿਆ ਸੁਣ ਲੈ ਮੇਰੀ ਦਿਲ ਦੀਆਂ ਗੱਲਾਂ, ਕਰਾਂਗੇ ਨਾਲ ਨਾਲ ਬਹਿ ਕੇ ਸੱਚੀਆਂ ਮੁਹੱਬਤਾਂ ਨਿਭਾ ਕੇ, ਹਾਏ ਸੱਚੀਆਂ ਮੁਹੱਬਤਾਂ ਨਿਭਾ ਕੇ। ਦਿਲ ਤੈਨੂੰ ਕਿੰਨਾ ਕਰਦਾ ਏ ਪਿਆਰ ਜਦੋਂ ਦੱਸਾਂਗਾ, ਇੱਕ ਪਾਸੇ ਦਿਲ ਇੱਕ ਪਾਸੇ ਜਾਨ ਰੱਖਾਂਗਾ। ਕੀ ਹੋਇਆ ਤੇਰੀ ਲੱਤ ਸੁੰਗੜ ਗਈ? ਲੱਤ ਸੁੰਗੜੀ ਨਹੀਂ ਆ, ਪੀੜ ਕਰਨ ਦੀ ਅੱਜ। ਪੀੜ ਕਿਹੜੀ ਗੱਲੋਂ ਕਰਨ ਦੀ? ਮਰ ਜਾਣਾ ਤੂੰ ਐਕਸਰਸਾਈਜ਼ ਕਰਕੇ? ਹਾਂ, ਇਹੀ ਜਿਮ ਗਿਆ ਸੀ ਮੈਂ ਅੱਜ। ਜਿਮ ਕੀ, ਤੂੰ ਲੋਕਾਂ ਨੂੰ ਡੰਬਲ ਚੱਕ ਕੇ ਫੜਾਉਂਦਾ ਸੀ? ਜਿਮ ਕਰਨ ਗਿਆ ਸੀ ਐਕਸਰਸਾਈਜ਼ ਕਰਨ। ਆਹ ਕੁੜੀ ਐਕਸਰਸਾਈਜ਼, ਤੇ ਜਦੋਂ ਮੈਂ ਲੱਤਾਂ ਵਾਲੀ ਐਕਸਰਸਾਈਜ਼ ਕੀਤੀ ਤੇ ਮੇਰੀਆਂ ਲੱਤਾਂ ਪੀੜ ਹੁੰਦੀਆਂ ਤਾਂ ਕਰਕੇ। ਤੇਰੀਆਂ ਤਾਂ ਮਰ ਜਾਣਾ, ਲੱਤਾਂ ਨਹੀਂ ਪਹੁੰਚਣਗੀਆਂ ਉਹ ਕੁਰਸੀ ਦੇ ਉੱਤੇ ਬਹਿ ਕੇ ਜਿੱਥੇ ਲੱਤਾਂ ਉਸਣੀਆਂ। ਮੈਂ ਅੱਜ ਸਾਈਕਲ ਬਹੁਤ ਚਲਾਇਆ ਉੱਥੇ, ਸਾਈਕਲ ਵੀ ਹੁੰਦਾ ਛੋਟਾ ਸਾਈਕਲ ਹੈਗਾ? ਹਾਂ ਛੋਟਾ, ਕਿ ਉਹਦੀ ਉਹਦੀ ਸੀਟ ਨੀਚੀ ਹੋ ਜਾਂਦੀ। ਕਦੇ ਗਏ ਹੋ ਜਿਮ? ਮਰ ਜਾਣਾ, ਸਾਡਾ ਆਪਣਾ ਜਿਮ ਆ, ਤੈਨੂੰ ਕੀ ਪਤਾ। ਹਾਂ, ਉਹਦੇ 'ਚ 5 ਕਿਲੋ ਦਾ ਡੰਬਲ ਦੇਖਿਆ, ਉਹਦੇ ਵਰਗਾ ਮੂੰਹ ਤੁਹਾਡਾ। 5 ਕਿਲੋ ਦਾ ਡੰਬਲ ਮਰ ਜਾਣਾ ਸੀ, ਦੇਖਿਆ ਹੀ ਨਹੀਂ ਮੈਂ ਅੱਜ ਚੁੱਕੇ। ਤੂੰ 5 ਕਿਲੋ ਡੰਬਲ ਚੱਕ ਲਿਆ? ਹੋਰ, ਇੱਕੋ ਚੁੱਕਿਆ ਸੀ ਕਿ ਦੋਨੀ ਦੋ ਦੋ ਚੁੱਕੇ ਲਈ? ਇੱਕ ਹੱਥ ਨਾਲ ਇੱਕ ਚੁੱਕਿਆ, ਦੂਜੇ ਨਾਲ ਦੂਸਰਾ ਚੱਕਿਆ। ਅੱਛਾ, ਤੇ ਡੰਬਲ ਦੋ ਹੀ ਸੀਗੇ? ਦੋ ਹੀ ਹੋਣਗੇ ਜੇ ਦੋ ਚੱਕੇ ਦਾ, ਤੇ ਹੋਰ ਵੀ ਹੋਣੇ। ਮਰ ਜਾਣਾ, 2.5 ਕਿਲੋ ਦਾ ਵੀ ਹੋ ਸਕਦਾ, ਉਹ ਨੱਕ ਨਾਲ ਚੱਕ ਲੈਣਾ। ਤੇ ਸਾਹਿਬ ਜੀ? ਸਾਹਿਬ ਜੀ? ਹਾਂਜੀ ਸਾਹਿਬ ਜੀ ਹੁੰਦੇ ਇੱਥੇ, ਬੜੇ ਸੋਹਣੇ ਹੈਗੇ ਆ। ਦੇਖੀ ਤੂੰ ਆਏ ਨਹੀਂ, ਮੈਂ ਇਹ ਪੁੱਛਿਆ ਤੇ ਮੈਨੂੰ ਵੀ ਪਤਾ ਹੀ ਆ ਨਹੀਂ ਹੈ। ਤੇ ਨਹੀਂ ਦੱਸਿਆ ਮਰ ਜਾਣਾ ਮੈਨੂੰ ਵੀ, ਹਜੇ ਮੈਂ ਸਰ ਨੂੰ ਮੈਸੇਜ ਕੀਤਾ ਪੁੱਛਿਆ ਤੇ ਹਜੇ ਰਿਪਲਾਈ ਨਹੀਂ ਆਇਆ ਸਰ ਦਾ। ਫਿਰ ਸਾਡਾ ਵੀ ਇੱਥੇ ਕੀ ਕਰ ਕੰਮ ਆਪਾਂ? ਮੈਂ ਵੀ ਚੱਲਦਾ ਫਿਰ ਦਫਾਓ।
ਫੋਨ ਸੁਣ ਜਾ, ਇੱਕ ਫੋਨ ਆਉਂਦਾ। ਹੈਲੋ, ਹੈਂ? ਤੂੰ ਵੀ ਕਰ ਟੂ। ਨਾ ਨਹੀਂ, ਕੁਛ ਹੋਰ ਹੀ ਚੱਲ ਰਿਹਾ, ਆਉਂਦਾ ਫੋਨ ਸੀ। ਤੇ ਫੋਨ ਨਹੀਂ ਆਉਂਦਾ ਨਾ, ਮਰ ਜਾਣਾ, ਹੋਰ ਇੱਥੇ ਕੀ ਆਉਣਾ, ਵੀਡੀਓ ਕਾਲਿੰਗ ਥੋੜ੍ਹੀ ਹੋਣੀ। ਮਰ ਜਾਣਾ। ਅਤੇ ਹੋਰ ਸੁਣਾਓ ਮੈਡਮ ਜੀ, ਮੈਨੂੰ ਲੱਗਦਾ ਪਾਲੀ ਸਰ ਕੰਮ ਕਰਨ ਲੱਗ ਗਏ, ਕੱਲ੍ਹ ਆਪਾਂ ਕਿਹਾ ਸੀ ਨਾ। ਕੱਲ੍ਹ ਆਪਾਂ ਮੈਨੂੰ ਲੱਗਦਾ ਕਹਿਣ ਦਾ ਮਤਲਬ ਪਾਲੀ ਸਰ ਪਹਿਲਾਂ ਵਿਹਲੇ ਰਹਿੰਦੇ ਹੈ ਨਾ। ਮੈਨੂੰ ਲੱਗਦਾ ਪਾਲੀ ਸਰ ਦੀ ਸੁਣੀ ਗਈ। ਕਿੱਥੇ ਸੁਣੀ ਗਈ? ਮਤਲਬ ਘਰ 'ਚ ਸੁਣੀ ਗਈ, ਉਹੀ ਕੰਮ ਜਿਹੜਾ ਕੱਲ੍ਹ ਕਿਹਾ ਸੀ। ਅੱਛਾ, ਹੁਣ ਭਾਂਡੇ ਨਹੀਂ ਧੋਣੇ ਪੈਂਦੇ ਸਾਨੂੰ? ਧੋਣੇ ਪੈਂਦੇ, ਤਾਂ ਹੀ ਤਾਂ ਲੇਟ ਹੋ ਗਏ, ਤਾਂ ਹੀ ਤਾਂ ਆਏ ਨਹੀਂ, ਸਫਾਈ ਸਫੂਈ ਕਰਨ ਲੱਗ ਗਏ ਹੋਣੇ ਆ। ਨਹੀਂ, ਤੇ ਸੋਚਿਆ ਹੀ ਨਹੀਂ। ਸੋਚ, ਦਿਮਾਗ ਹੋਵੇ ਤਾਂ ਸੋਚੋ ਮੈਡਮ। ਮਰ ਜਾਣਾ ਤੇਰਾ ਹੁਣ ਐਡਾ ਵੱਡਾ ਮੂੰਹ, ਕਿੰਨੇ ਬੜੇ ਦਿਮਾਗ ਨੂੰ ਲੈ ਕੇ ਘੁੰਮਦਾ ਹੋਣਾ ਮੂੰਹ ਦੇ ਵਿੱਚ। ਮੂੰਹ, ਦਿਮਾਗ ਸਿਰ 'ਚ ਹੁੰਦਾ, ਮੂੰਹ 'ਚ ਨਹੀਂ ਹੁੰਦਾ। ਅਤੇ ਮਰ ਜਾਣਾ ਜਦੋਂ ਕਿੰਨੇ ਬੜੇ ਹੋਣੇ, ਇੱਕਦਮ ਮੂੰਹ 'ਚ ਵੀ ਆ ਜਾਂਦਾ ਹੁੰਦਾ ਫੋਨ ਚੱਕ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਪਾਲੀ ਸਰ ਜੀ ਆਏ ਨੀ ਜੀ, ਮੈਂ ਵੀ ਲੇਟ ਹੋ ਗਿਆ, ਪਰ ਮੈਡਮ ਨੂੰ ਵੀ ਕੋਈ ਫੋਨ ਆਇਆ ਨੀ। ਸਾਡਾ ਜੀ ਨੀ ਲੱਗਣ ਡਿਆ, ਏਦਾਂ ਨੀ ਨਾ ਹੁੰਦਾ ਜੀ। ਤੇ ਮੈਂ ਵੀ ਕੋਈ ਨੀ, ਮੈਂ ਆਪਾਂ ਪਾਲੀ ਸਰ ਨੂੰ ਕਰ ਦਿਆ ਫੋਨ, ਜੇ ਨਾ ਆਏ ਮੈਂ ਵੀ ਚਲਾ ਜਾਣਾ, ਮੈਡਮ ਇਕੱਲੀ ਰਹੂਗੀ। ਮਰ ਜਾਣਾ ਇਕੱਲੀ, ਦੇਖੀ 150 ਬੁਆਏਫ੍ਰੈਂਡ ਆ ਮੇਰਾ, ਜੇ ਇਕੱਠਾ ਕਰ ਲੈਣਾ ਮੈਂ ਥਾਣੇ 'ਚ, ਮਰ ਜਾਣਾ, ਤੈਨੂੰ ਖੜਨ ਵਾਸਤੇ ਜਗ੍ਹਾ ਨਹੀਂ ਮਿਲਣੀ। ਠੀਕ ਆ। ਤੇ ਹੋਰ ਮੈਡਮ ਜੀ, ਠੀਕ ਜੀ ਜੀ ਜ਼ਰੂਰ, ਠੀਕ ਆ ਜੀ, ਠੀਕ ਆ, ਜ਼ਰੂਰ ਜੀ ਜ਼ਰੂਰ। ਤੇ ਠੀਕ ਆ ਮੈਮ, ਥੈਂਕ ਯੂ ਸੋ ਮਚ, ਓਕੇ। ਯਾਦ ਆ ਕੀ ਗਾ ਆਂਟੀ ਜੀ ਨੇ? ਬਾਰੀ ਪੈਸੀ ਕੱਢਣੀ ਸੀ, ਬਾਰੀ ਪੈਸੀ ਕੱਢਣੀ ਸੀ। ਸੁਣਾਉਂਦੀ ਰਾਮਾ ਚੱਲਦਾ। ਮੇਰੀ ਵੱਖੀ ਚ ਵੱਲ ਪੈ ਜਾਣਾ, ਭਾਰ ਮੇਰਾ ਥੋੜਾ ਹੀ ਆ ਨਾ, ਤਾਂ ਬੜਾ ਭਾਰ ਆ ਤੇਰਾ, ਓਏ ਬੜਾ ਭਾਰ ਆ। ਪਰਸੋਂ ਸਬਜ਼ੀ ਲੈਣ ਗਿਆ ਤੇ ਉਹ 5 ਕਿਲੋ ਵਾਲਾ ਬੱਟਾ ਨਾ ਲੱਭੇ ਉਹਨਾਂ ਨੂੰ। ਅੱਛਾ ਜੀ। ਸਬਜ਼ੀ ਵਾਲੇ ਨੂੰ ਚੱਕ ਕੇ ਤਕੜੀ ਚ ਰੱਖਦਾ, ਨਾਲੇ ਖੀਰੇ ਤੋਲ ਕੇ ਅਗਲੇ ਬੰਦੇ ਨੂੰ ਦੇ ਦਿੱਤੇ। ਏਦਾਂ ਤੂੰ ਭਾਰ ਚੱਕੀ ਫਿਰਦਾ। ਹਾਏ ਸੇ, ਤੁਸੀਂ ਲੇਟ ਕਿੱਦਾਂ ਹੋ ਗਿਆ ਅੱਜ? ਉਹ ਦੱਸਣ ਲੱਗਾ। ਇਹਨੂੰ ਦੱਸੋ ਜੀ, ਤੂੰ ਸਾਹਿਬ ਜੀ ਨੂੰ ਦੱਸ ਲੱਗੀ ਹੈ ਮੇਰੇ ਤੇ ਕਿ ਤੈਨੂੰ ਆ ਕੇ ਪਹਿਲੇ ਜਵਾਬ ਦਵਾਂ, ਤੈਨੂੰ ਰਿਪੋਰਟ ਦਵਾਂ ਕਿ ਕਿੱਥੇ ਲੇਟ ਹੋ ਗਿਆ ਮੈਂ। ਚਲੋ ਸੌਰੀ ਸਰ, ਨਾ ਦੱਸ। ਏਦਾਂ ਤੂੰ ਐਲਿਜ਼ਾਬੈਥ ਮਹਾਰਾਣੀ ਦੀ ਨੌਕਰਾਨੀ,
ਫਿਰ ਵੀ ਸਰ ਤੁਸੀਂ ਕਿਉਂ ਉਹੀ ਦੱਸਣ ਲੱਗਾ? ਹਾਂਜੀ ਸਰ, ਉਹ ਮੈਂ ਰਸਤੇ ਜਾ ਰਿਹਾ ਸੀ, ਮੈਨੂੰ ਡੀਐਸਪੀ ਸਾਹਿਬ ਦਾ ਫੋਨ ਆ ਗਿਆ। ਉਹ ਕਹਿੰਦੇ ਪਾਲੀ ਬੜੀ ਚਿਰ ਹੋ ਗਿਆ ਤੂੰ ਮਿਲਦਾ ਹੀ ਨਹੀਂ। ਹਾਂਜੀ, ਉਹ ਮੈਂ ਕਿਹਾ ਮੈਂ ਕਿ ਬਲੈਕ 'ਚ ਸਿਲੰਡਰ ਆ ਜਿਹੜਾ ਨਹੀਂ ਮਿਲਦਾ। ਉਹ ਕਹਿੰਦੇ ਨਹੀਂ, ਫਿਰ ਵੀ ਯਾਰ ਮਤਲਬ ਤੂੰ ਬੜੀ ਦੇਰ ਹੋ ਗਿਆ, ਚੱਕਰ ਮਾਰ ਜਾ। ਉਹ ਜਾਂਦੇ ਜਾਂਦੇ ਗਿਆ ਤੇ ਹੁਣ ਮੈਨੂੰ ਆਹ ਜੈਕਟ ਗਿਫਟ ਕਰਤੀ। ਹਾਂ ਹਾਂ, ਇਹ ਜੈਕਟ ਉਹਨੇ ਮੈਨੂੰ ਦਿੱਤੀ। ਮੈਨੂੰ ਨਹੀਂ ਪੂਰੀ ਹੋਣੀ ਜੀ। ਹੈਂ? ਕੁਛ ਨਹੀਂ, ਮੈਂ ਕਿਹਾ ਮੈਨੂੰ ਪੂਰੀ ਨਹੀਂ ਹੋਣੀ। ਕਿਸੇ ਨੂੰ ਇੱਕ ਚੀਜ਼ ਪੂਰੀ ਆ ਸਕਦੀ ਹੈ, ਕਿਸੇ ਦਾ ਜੀ ਕਰ ਪੈਂਦਾ ਅੱਗੇ ਗਿਫਟ ਦੇ। ਹੈਂ? ਮੇਰੀਆਂ ਦੋ ਤਿੰਨ ਨਿਕਰਾਂ ਹੈਗੀਆਂ, ਉਹਨੂੰ ਐਜ਼ ਅ ਪੈਂਟ ਯੂਜ਼ ਕਰ ਸਕਦਾ ਤੂੰ। ਤੇ ਮੇਰੇ ਛੋਟੇ ਮੁੰਡੇ ਦੀ ਦੋ ਤਿੰਨ ਕਮੀਜ਼ਾਂ ਵੀ ਆ, ਉਹ ਵੀ ਪੈ ਸਕਦੀਆਂ ਤੇਰੇ। ਮੈਂ ਪੀੜੀਆਂ ਹੋਣਗੀਆਂ ਮੇਰੇ। ਉਸ ਤੋਂ ਬਾਅਦ ਬਚਦੇ ਮੇਰੇ ਛੋਟੇ ਮੁੰਡੇ ਦੇ ਬੂਟ, ਉਹ ਤੇ ਤੈਨੂੰ ਇੰਨੇ ਕੁ ਪੈ ਸਕਦੇ ਆ ਨਾ, ਉਹ ਤੇ ਮੈਂ ਤੈਨੂੰ ਦੱਸ ਵੀ ਨਹੀਂ ਸਕਦਾ ਕਿ ਕਿਸ ਹਿਸਾਬ ਨਾਲ ਪੈਣੇ ਆ ਤੈਨੂੰ ਪੈਰਾਂ 'ਚ। ਹੈਂ? ਕਿਉਂ ਉਦਾਂ ਹੀ ਉਹ ਬੂਟਾਂ ਬੂਟ ਡਿਸਾਈਡ ਕਰਨਗੇ ਕਿੱਥੇ ਪੈਣਗੇ, ਕਿਉਂ ਬੂਟ ਬਾਰੀ ਬਾਰੀ ਕੱਢਣਗੇ ਸੀ। ਕਿਉਂ ਲਵ ਯੂ? ਹਾਂਜੀ ਜੀ, ਬਾਰੀ ਬਾਰੀ ਕੱਢਣਗੇ ਸੀ, ਬਾਰੀ ਬਾਰੀ ਕੱਢਣਗੇ ਸੀ। ਜਦੋਂ ਕੱਟਣਗੇ ਨਾ, ਉੱਥੇ ਮੈਂ ਬੋਲੀਆਂ ਸੁਣਾਉਂਦੀ ਸੀ, ਬੋਲੀਆਂ ਸੁਣਾਉਂਦੀ ਸੀ ਤਾਂ ਮੈਂ ਝੂਠਿਆਂ ਨੂੰ ਸੁਣਾਉਂਦੀ ਸੀ ਉੱਥੇ, ਉੱਥੇ ਬੋਲੀਆਂ ਸੁਣਾਉਂਦੀ ਸੀ ਮੈਂ ਸੱਚਿਆਂ ਨੂੰ, ਸ਼ਕਲ ਮਸੂਮ ਦਿਲ ਦਿਆਂ ਸੱਚਿਆਂ ਨੂੰ ਗਣਾਉਂਦੀ ਮੈਂ ਚਲਾਨ ਫਿਰਾਂ ਛੋਟੇ ਛੋਟੇ ਬੱਚਿਆਂ ਨੂੰ, ਸ਼ਕਲੋ ਮਸੂਮ ਦਿਲ ਦੇ ਸੱਚਿਆਂ ਨੂੰ ਗਣਾਉਂਦੀ ਮੈਂ ਚਲਾਨ ਫਿਰਾਂ ਛੋਟੇ ਛੋਟੇ ਬੱਚਿਆਂ ਨੂੰ। ਅੱਛਾ, ਗਣਾਉਂਦੀ ਤੂੰ ਚਲਾਨ ਫਿਰੇ ਛੋਟੇ ਛੋਟੇ ਬੱਚਿਆਂ ਨੂੰ। ਅੱਗੇ ਬਸ ਸਰ, ਉਹਨਾਂ ਨੂੰ ਕਿੰਨੇ ਦੱਸੇ, ਮੈਂ 150 ਚਲਾਨ ਕੱਟਿਆ। ਮੈਂ ਕਿਹਾ ਅੱਗੇ ਇਹ ਨਹੀਂ ਕਿਹਾ, ਹਾਂਜੀ ਸਰ, ਉਹ ਲਾਇਸੈਂਸ ਤੇਰਾ ਬਣ ਜੇ ਪਰ ਤੇਰੀ ਆਰਸੀ ਨਹੀਂ ਬਣਨੀ। ਤੇਰੀ ਲੈਂਗੁਏਜ ਇੰਗਲਿਸ਼ ਹੋ ਜਾਊਗੀ ਪਰ ਫਾਰਸੀ ਨਹੀਂ ਬਣਨੀ। ਵਾਹ ਜੀ ਵਾਹ, ਤੇਰਾ ਆਪਣਾ ਮੂੰਹ ਜੀ ਫਾਰਸੀ ਦੀ ਕਿਤਾਬ ਵਰਗਾ ਨਾ, ਤਾਂ ਕਰਕੇ ਤੂੰ ਕਹਿ ਦੇਣਾ। ਵੈਲਕਮ ਬੈਕ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਜੀ ਜਨਾਬ ਦੇ ਵਿੱਚ। ਤਾਂ ਜੀ ਅੱਜ ਮੈਂ ਦੇਖੋ ਵੈਸੇ ਡੀਸੀ ਸਾਹਿਬ ਦੇ ਘਰੋਂ ਹੋ ਕੇ ਆਇਆ। ਡੀਸੀ ਸਾਹਿਬ ਨੇ ਮੈਨੂੰ ਚਾਹ ਪਾਣੀ ਕੁਛ ਨਹੀਂ ਪੁੱਛੀ, ਆ ਪੁਰਾਣੀ ਜੈਕਟ ਫੜਾਤੀ ਹੈ, ਕਹਿੰਦੇ ਹੁਣ ਮੇਰੇ ਆਉਂਦੀ ਨਹੀਂ ਤੂੰ ਲੈ ਜਾ। ਸੋ ਫਿਰ ਵੀ ਚਲੋ, ਅਫਸਰ ਸਾਹਿਬ ਨੇ ਸਾਡੇ ਵੱਡੇ ਨੇ, ਸੀਨੀਅਰ ਨੇ, ਅਤੇ ਉਹਨਾਂ ਦੀ ਗੱਲ ਆਪਾਂ ਮੰਨੀ, ਆਪਾਂ ਕਿਸੇ ਚੀਜ਼ ਨੂੰ ਨਾ ਨਹੀਂ ਕਰਨੀ। ਵੈਸੇ ਵੀ ਮੈਂ ਨਾ ਨਹੀਂ ਕਰਦਾ। ਜਦੋਂ ਤੁਹਾਡੇ ਛੋਟੀ ਹੋ ਗਈ ਉਦੋਂ ਮੈਨੂੰ ਦੇ ਦਿਓ। ਹੈਂ? ਜਦੋਂ ਤੁਹਾਡੇ ਛੋਟੀ ਹੋ ਗਈ ਉਦੋਂ ਮੈਨੂੰ ਦੇ ਦਿਓ। ਵਾਹ ਜੀ ਵਾਹ, ਤੈਨੂੰ ਦੇ ਦੇਵਾਂ? ਹਾਂਜੀ ਸਰ। ਬੜੀ ਤੂੰ ਮਤਲਬ ਕੀ ਕਵਾਂ ਹੁਣ ਤੈਨੂੰ ਮੈਂ ਇਸ ਗੱਲ ਸਰ, ਆਈ ਲਵ ਯੂ ਕਹਿ ਦੇ ਇੱਕ ਵਾਰੀ। ਹੈਂ? ਉਹਦੀ ਮਤਲਬ ਪਿਆਰ ਨਾਲ ਸਰ ਕਹਿ ਦੇ, ਵਧੀਆ ਲੱਗਣਾ ਮੈਨੂੰ। ਤੈਨੂੰ ਕਹਿ ਦੇਵਾਂ ਆਈ ਲਵ ਯੂ? ਸਰ ਕਿਸੇ ਨੂੰ ਵੀ ਕਹਿ ਦੇ ਫਿਰ ਮੈਨੂੰ। ਮੈਨੂੰ ਰਾਜ ਬੱਕਰੀ ਮਿਲੀ ਸੀ, ਉਹਨੂੰ ਮੈਂ ਕਹਿ ਬੜੀ ਕਿਊਟ ਬੱਕਰੀ ਦਾ ਬੱਚਾ ਸੀਗਾ, ਉਹਨੂੰ ਮੈਂ ਆਈ ਲਵ ਯੂ ਕਹਿ ਕੇ। ਤੁਹਾਡੇ ਕਹਿਣ ਦਾ ਮਤਲਬ ਬੱਕਰੀ ਮੇਰੇ ਤੋਂ ਜ਼ਿਆਦਾ ਕਿਊਟ ਹੁੰਦੀ ਹੈ ਨਾ? ਬਿਲਕੁਲ ਹੁੰਦੀ ਹੈ ਜੀ, ਹਾਲਾਂਕਿ ਤੇਰਾ ਮੂੰਹ ਮਿਲਦਾ ਵੀ ਆ ਬੱਕਰੀ ਨਾਲ ਥੋੜਾ ਜਿਹਾ। ਫਿਰ ਸਰ ਬੱਕਰੀ ਕਿੱਦਾਂ ਕਿਊਟ ਹੋਈ, ਮੈਂ ਹੋਈ ਨਾ ਫਿਰ? ਉਹ ਥੋੜਾ ਮੂੰਹ ਮਿਲਦਾ ਨਾ ਤੇਰੇ ਨਾਲ, ਜ਼ਿਆਦਾ ਸੋਹਣੀ ਉਹੀ ਆ। ਜੇ ਤੁਸੀਂ ਦੋਨੋਂ ਬਿਊਟੀ ਕੰਟੈਸਟ ਤੇ ਚੱਲ ਜਾਓ ਫਸਟ ਨੰਬਰ ਤੇ। ਓਏ ਤੂੰ ਪਿੱਛੋਂ ਆ ਜਾ ਨਾ, ਦੱਸਦੇ ਦਿਆ ਕਰ। ਦੱਸਾਂ ਕਿ ਸਪੀਕਰ ਲਾ ਲਾ ਜੀ। ਸਪੀਕਰ ਨੂੰ ਤੂੰ ਕੀ ਰੈਲੀਆਂ ਦੇ ਉਹ ਕਰਨ ਜਾਂਦਾ ਪ੍ਰਮੋਸ਼ਨ, ਉਹ ਕੀ ਹੁੰਦੀ ਆ ਉਹ? ਐਂਕਰਿੰਗ, ਐਂਕਰਿੰਗ ਸਰ। ਤੁਸੀਂ ਧਿਆਨ ਰੱਖਿਆ ਕਰੋ, ਕੋਈ ਵੀ ਆ ਸਕਦਾ ਜੀ। ਵਾਹ ਜੀ ਵਾਹ, ਲਓ ਜੀ ਹੁਣ ਸਾਨੂੰ ਐਸਐਸਪੀ ਸਾਹਿਬ ਦੱਸਣਗੇ ਕਿ ਕਿੱਦਾਂ ਰਹਿਣਾ ਥਾਣੇ 'ਚ। ਇੱਕ ਮਿੰਟ ਖਲੋ ਜਾ, ਮੈਨੂੰ ਜਰਾ ਕਾਲਰ ਨਾਲ ਗੱਲ। ਵੇਸਣ ਪਕੌੜੇ, ਵੇਸਣ ਦੇ ਪਕੌੜੇ ਤਾਂ ਮਿਲੇ ਨਹੀਂ, ਵੇਸਣ ਵਾਲੀ ਨਮਕੀਨ ਮਿਲ ਗਈ ਜੀ। ਅੱਛਾ, ਨਮਕੀਨ ਲੈ ਕੇ ਆਇਆ ਤੂੰ? ਆਪਣੇ ਮੂੰਹ ਵਰਗੀ ਲੈ ਆਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਾਲੀ ਸਾਹਿਬ। ਸਰ ਕੀ ਹਾਲ ਚਾਲ, ਕੌਣ ਸਾਹਿਬ? ਰਾਣਾ ਬੋਲਦਾ ਇਟਲੀ ਤੋਂ ਜੀ। ਓਹੋ, ਰਾਣਾ ਸਾਹਿਬ, ਰਾਣਾ ਸਾਹਿਬ, ਰਾਣਾ ਸਾਹਿਬ, ਰਾਣਾ ਸਾਹਿਬ ਕਿੱਦਾਂ? ਮੁਝ ਕੋ ਰਾਣਾ ਜੀ ਮਾਫ ਕਰੇ ਨਾ। ਤੁਸੀਂ ਹਾਜ਼ਰ ਨਾ ਸੀ ਆਪਣੇ ਜੀਣਾ ਸਰਾ ਤੇ ਲਾਲ ਸੀ, ਤੁਸੀਂ ਹੈ ਹੀ ਨਹੀਂ ਸੀ। ਕੌਣ ਸੀਗਾ? ਜੋਣਾ ਤੇ ਸੀਗਾ, ਨਾਲ ਕੌਣ ਸੀ? ਪ੍ਰੋਗਰਾਮ ਜਦੋਂ ਚਾਲੂ ਹੋਇਆ ਤੇ ਜੀਣਾ ਸਰਾ ਤੇ ਡਾਰਲਿੰਗ ਸੀ, ਤੁਸੀਂ ਹੈ ਹੀ ਨਹੀਂ ਸੀ, ਤੁਸੀਂ ਗਏ ਰਾਜਸ ਜੀ। ਨਹੀਂ ਨਹੀਂ, ਜੋਣੇ ਜੀ ਤੇ ਸਮਝ ਆਇਆ, ਡਾਰਲਿੰਗ ਕੌਣ ਹੈ ਇੱਥੇ? ਇਹ ਡਾਰਲਿੰਗ
ਪੁੱਤਰ ਇਹ ਜਦੋਂ ਹੁਣ ਦੁਬਾਰਾ ਕਾਲਰ ਦਾ ਫੋਨ ਆਏਗਾ ਨਾ ਮੈਂ ਦੱਸ ਦੇਣਾ ਕਿ ਤੂੰ ਕੀਤਾ ਆ ਗਈ ਟੀਵੀ ਦੇਖਣ ਡੇ ਜਿੱਦਾਂ ਤੂੰ ਕਾਰਨ ਦੱਸਿਆ ਹੁਣ ਨਾਲੇ ਗਲਤੀ ਵੀ ਮੰਨ ਲਈ ਨਾਲੇ ਕਹਿੰਦਾ ਪ੍ਰੋਬਲਮ ਦੱਸ ਦਿਓ ਇਹ ਵੀ ਦੱਸਣ ਡਿਆ ਕਿ ਝੂਠ ਮਾਰ ਦਿਓ ਉਹ ਵੀ ਪਤਾ ਲੱਗ ਗਿਆ ਉਹਨਾਂ ਨੂੰ ਕਿੱਥੇ ਲੁਕਿਆ ਪੁੱਤਰ ਤੂੰ ਇਹ ਬਿਗ ਲੌਸ ਦਾ ਘਰ ਆ ਛੋਟਾ ਕੈਮਰੇ ਲੱਗੇ ਆ ਇੱਥੇ ਸਿਰ ਨੂੰ ਤੇਰੇ ਘਰ ਦੇ ਨੂੰ ਆਉਂਦੇ 30mm ਦੇ ਲੈਂਸ ਦੇ ਮੂੰਹ ਵਾਲੀ ਇਹ ਚੁੱਪ ਰਹਿ ਵੇ ਕੁਕੜੂ ਕੜੂ ਮਾਇਆ ਹੋ ਜਦੋਂ ਇਹਦੀ ਮੈਂ ਸ਼ਕਲ ਦੇਖਾਂ ਮੇਰਾ ਦਿਲ ਕਰਾਂ ਕਰਾਂ ਆ ਥੂ ਮਾਇਆ ਵੇ ਕੁਕੜੂ ਕੜੂ ਮਾਇਆ ਹਾਂ ਵੇ ਪਹਿਲਾਂ ਤੈਨੂੰ ਮੈਂ ਕੁੱਟੂਗੀ ਫਿਰ ਕੁੱਟੀ ਮੈਨੂੰ ਤੂੰ ਮਾਇਆ ਲੈ ਮਾਰ ਲਾ ਕਿਹੜੀਆਂ ਬਾਰੀ ਪੱਟੇ ਰੱਖੇ ਵੀ ਤੁਸੀਂ ਲਓ ਮਾਰ ਲੋ ਪਹਿਲਾਂ ਹੀ ਉਹ ਸੀ ਪੁੱਤ ਡਾਕੂਆਂ ਦੇ ਉੱਪਰ ਤੱਕ ਮਾਰਾਂ ਨੇ ਅਸੀਂ ਅੱਜ ਦੇ ਰਾਂਝੇ ਆਂ ਸਾਡਾ ਪਤਾ ਨਹੀਂ ਕੱਲ ਦਾ ਬਦਲਾ ਲੈ ਲਈ ਜਾਉਣਿਆ ਜੇ ਮਾਂ ਦਾ ਜਾਇਆ ਆਪੇ ਕਿਹਾ ਤੂੰ ਬਦਲਾ ਲੈ ਲਈ ਜਿਉਣਾ ਜੇ ਮਾਂ ਦਾ ਜਾਇਆ ਇੱਕ ਤਾਂ ਉਹ ਜਿਉਣਾ ਵੀ ਆ ਉਤੋਂ ਮਾਂ ਦਾ ਜਾਇਆ ਇਹ ਬਿਨਾਂ ਸਿੰਘਾਂ ਤੋਂ ਝੋਟਾ ਕਿੱਧਰ ਰੱਖਿਆ ਅੱਛਾ ਝੋਟੇ ਐਡੇ ਐਡੇ ਹੁੰਦੇ ਤੇ ਹੋਰ ਐਡੇ ਐਡੇ ਹੁੰਦੇ ਉਹ ਫਿਰ ਤੁਹਾਡੇ ਉੱਧਰ ਹੁੰਦੇ ਹੋਣੇ ਨੇ ਜੀ ਇੱਧਰ ਵੱਡੇ ਹੁੰਦੇ ਐਂ ਕਰ ਉਹ ਤਾਂ ਮੈਨੂੰ ਤੁਹਾਡੀ ਉਹ ਗੱਲ ਵਧੀਆ ਲੱਗੀ ਪੁੱਤ ਡਾਕੂਆਂ ਦੇ ਡਾਕੂਆਂ ਦੇ ਸਰ ਪੁੱਤ ਅੱਛਾ ਤੁਸੀਂ ਪੁੱਤ ਡਾਕੂਆਂ ਦੇ ਆਹੋ ਕਿੰਨੇ ਡਾਕੂ ਡਾਕੂਆਂ ਦੇ ਭਾਜੀ ਤੁਸੀਂ ਗਲਤੀ ਲੱਗੀ ਤਾਂ ਥੋੜ੍ਹੀ ਜਿਹੀ ਇੱਥੇ ਗਾਓ ਤੁਸੀਂ ਕਹਿਣਾ ਪੁੱਤ ਡਾਕੂ ਦਾ ਨਹੀਂ ਡਾਕੂਆਂ ਦੇ ਕਿੱਦਾਂ ਮੈਂ ਡਾਕੂਆਂ ਦਾ ਹੀ ਆ ਹੁਣ ਸੁਣੋ ਕਿਸ ਤਰ੍ਹਾਂ ਥੋੜਾ ਕਲੀਅਰ ਸਾਡੇ ਮੇਰੇ ਤਾਇਆ ਜੀ ਉਹ ਵੀ ਡਾਕੂ ਸੀ ਯੋਗਦਾਨ ਕੀ ਸੀ ਪੁੱਤ ਦੇ ਵਿੱਚ ਅੱਛਾ ਉਹਨਾਂ ਦੇ ਵੀ ਤੁਸੀਂ ਪੁੱਤ ਸੀਗੇ ਤਾਇਦਾ ਵੀ ਪੁੱਤ ਆ ਗਏ ਲੈਣ ਤੇ ਆ ਗਏ ਡਾਕੂਆਂ ਦੇ ਠੀਕ ਹੈ ਨਹੀਂ ਲੈਣ ਤੇ ਨਹੀਂ ਮੈਂ ਆਪ ਸਿੱਧਾ ਕੀਤਾ ਇਹਨੂੰ ਤੁਸੀਂ ਤੇ ਖਲਾਰਾ ਪਾਤਾ ਸੀ ਆਂਦੇ ਅੱਛਾ ਪੁੱਤ ਡਾਕੂਆਂ ਦੇ ਤੇ ਸਰ ਤੁਸੀਂ ਡਾਕੂ ਹੋ ਜੀ ਲੱਗਣਾ ਤੁਸੀਂ ਨਾਲ ਅੰਨੇ ਵੀ ਹੈਗੇ ਹੋ ਹਾਂ ਹੈ ਮੈਂ ਕਿਤੇ ਹੋਰ ਦੇਖਣ ਡਿਆ ਸੀ ਮੈਨੂੰ ਲੱਗ ਰਿਹਾ ਸੀ ਨਹੀਂ 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 ਉਹ ਦੇਖਣਾ ਮੈਂ ਉਹ ਚੋਰ ਕੀ ਦਾੜੀ ਅੱਜ ਪਤਾ ਨਹੀਂ ਕੋਈ ਡਾਕੂ ਆ ਗਿਆ ਜੀ ਸਾਡੇ ਇੱਥੇ ਡਾਕੂਆਂ ਦਾ ਮੁੰਡਾ ਕਹਿੰਦਾ ਜੀ ਉਹ ਹੋ ਗਈ ਗੱਲ ਕਲੀਅਰ ਡਾਕੂ ਤੇ ਅੱਜ ਇਹ ਡਾਕੂ ਸਾਹਿਬ ਇੱਥੇ ਕੀ ਕਰਨਾ ਇਹਨੇ ਪਹਿਲੇ ਤਾਂ ਇਹਨਾਂ ਤੋਂ ਕਾਰਨ ਪੁੱਛਦੇ ਹਾਂ ਔਰ ਮੈਂ ਇਹ ਵੀ ਇਹਨਾਂ ਨੂੰ ਪੁੱਛਿਆ ਕਿ ਵੀ ਇਹ ਸਿੱਧਾ ਥਾਣੇ 'ਚ ਆ ਗਏ ਆ ਮਤਲਬ ਜਾਂ ਤਾਂ ਆਤਮ ਸਮਰਪਣ ਕਰਨਾ ਆ ਅਤੇ ਜਾਂ ਆਪਣਾ ਆਤਮ ਸਮਰਪਣ ਖੋਣ ਆਇਆ ਮੇਰੇ ਕੋਲੋਂ ਕਿਉਂਕਿ ਜਿੰਨੀ ਮੈਂ ਇਹਦੀ ਬੇਇੱਜ਼ਤੀ ਕਰਨੀ ਹੈ ਇਹਦੀ ਸੈਲਫ ਰਿਸਪੈਕਟ ਵੀ ਨਹੀਂ ਰਹਿਣੀ ਉਸ ਤੋਂ ਬਾਅਦ ਸੋ ਮੈਂ ਗੱਲ ਕਰ ਲੈਂਦਾ ਇਹਦੇ ਨਾਲ ਪਰ ਉਹਦੇ ਤੋਂ ਪਹਿਲਾਂ ਮੈਨੂੰ ਲੱਗਦਾ ਮੇਰੇ ਦਰਸ਼ਕਾਂ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ ਸੋ ਇੱਕ ਵਾਰੀ ਦਰਸ਼ਕਾਂ ਨਾਲ ਗੱਲ ਕਰ ਲੈਂਦੇ ਹਾਂ ਹੈਲੋ ਹੈਲੋ ਹਾਂਜੀ ਹਾਂਜੀ ਸਰ ਹਾਂਜੀ ਪਾਲੀ ਸਾਹਿਬ ਹਾਂਜੀ ਪਹਿਲਾਂ ਵੀ ਕੀਤਾ ਸੀ ਫੋਨ ਪਾਲੀ ਫਿਰ ਕੱਟ ਗਿਆ ਸੀਗਾ ਸਰ ਕੱਟ ਨਹੀਂ ਗਿਆ ਤੁਹਾਨੂੰ ਮੈਂ ਅੰਦਰਲੀ ਗੱਲ ਤੇ ਸਾਂਝੀ ਹੋਣੇ ਨੇ ਕੱਟਿਆ ਜੇ ਦੁਨੀਆਂ ਵਿੱਚ ਨਹੀਂ ਹੋ ਸਕਦਾ
ਨਹੀਂ ਕਿਉਂਕਿ ਮੈਂ ਹੈ ਨਹੀਂ ਹੋ ਸਕਦਾ ਜਿੱਦਾਂ ਤੁਸੀਂ ਤੁਹਾਡੇ ਪ੍ਰੋਗਰਾਮ ਦਾ ਇੰਨਾ ਬਹੁਤ ਵਧੀਆ ਮਜ਼ਾ ਆਉਂਦਾ ਦੇਖ ਕੇ ਯਾਨੀ ਜਿੱਦਾਂ ਇੰਸਪੈਕਟਰ ਨਾ ਕੋਈ ਪਾਲੀ ਨਾਉਂ ਦਾ ਇੰਸਪੈਕਟਰ ਨਹੀਂ ਕੋਈ ਹੋਇਆ ਜੀ ਜਨਾਬ ਵਿੱਚ ਹੋਇਆ ਕਿ ਇੰਸਪੈਕਟਰ ਪਾਲੀ ਹਾਏ 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 ਜੀਓ ਸਰ ਜੀਓ ਜੀਓ ਥੈਂਕ ਯੂ ਸੋ ਮੱਚ ਫੋਰ ਦਾ ਇਹ ਵਿੱਚ ਵਧੀਆ ਹੈ ਤੁਹਾਡਾ ਬਹੁਤ ਵਧੀਆ ਬੋਲ ਲੱਗਦਾ ਜੀਣੇ ਦਾ ਵੀ ਚਲੋ ਡਾਲਣ ਦਾ ਵੀ ਆਪਣੇ ਸਾਰਾ ਬਹੁਤ ਵਧੀਆ ਲੱਗਦਾ ਪਰ ਯਾਨੀ ਜਿਹੜਾ ਇੰਸਪੈਕਟਰ ਪਾਲੀ ਨਾਉਂ ਦਾ ਕੋਈ ਦੁਨੀਆਂ ਵਿੱਚ ਨਹੀਂ ਹੋਇਆ ਜੀ ਜਨਾਬ ਵਿੱਚ ਹੋਇਆ ਹਾਏ ਹਾਏ ਕੀ ਬਾਤ ਹੈ ਜੀ ਹਾਲਾਂਕਿ ਪਹਿਲੇ ਪਠਾਨਕੋਟ ਹੋਇਆ ਉਸ ਤੋਂ ਬਾਅਦ ਜੀ ਜਨਾਬ ਚ ਹੋਇਆ ਬਹੁਤ ਬਹੁਤ ਜੀ ਤੁਹਾਡਾ ਇੱਦਾਂ ਪ੍ਰੋਗਰਾਮ ਦੇਖ ਕੇ ਬਹੁਤ ਵਧੀਆ ਲੱਗਦਾ ਇਡਲੀ ਤੋਂ ਬੋਲਦਾ ਜੀ ਮੈਂ ਰਾਣਾ ਤੇ ਰਾਣਾ ਸਾਹਿਬ ਕਿੰਨਾ ਚਿਰ ਹੋ ਗਿਆ ਵੈਸੇ ਪ੍ਰੋਗਰਾਮ ਦੇਖਦੇ ਤੁਹਾਨੂੰ ਪੁਰਾਣੇ ਜੁੜੇ ਹੋ ਕਿ ਨਵੇਂ ਨਵੇਂ ਜੁੜੇ ਨੇ ਮੈਨੂੰ ਦੇਖੋ ਜੀ ਦੇਖਦਾ ਮੈਂ ਬਹੁਤ ਦੇਰ ਤੋਂ ਆਇਆ ਪਰ ਗੱਲ ਤੁਹਾਡੇ ਨਾਲ ਅੱਜ ਪਹਿਲੀ ਵਾਰੀ ਹੋਈ ਹੈ ਅੱਛਾ 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 ਕੋਈ ਗੱਲ ਨਹੀਂ ਰਾਣਾ ਸਾਹਿਬ ਤੁਸੀਂ ਯਾਦ ਕੀਤਾ ਇੰਨੀ ਚਿਰ ਤੋਂ ਬਾਅਦ ਤੁਸੀਂ ਜੇ ਕਾਲ ਕੀਤਾ ਵੀ ਤਾਂ ਸਾਨੂੰ ਫਿਰ ਵੀ ਦਿਲ ਨੂੰ ਸਕੂਨ ਹੈ ਕਿਉਂਕਿ ਤੁਸੀਂ ਸਪੋਰਟ ਕਰਦੇ ਹੋ ਪਿਆਰ ਕਰਦੇ ਹੋ ਚੰਗੀ ਚੀਜ਼ ਨੂੰ ਸਰਾਹਨੇ ਹੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਸਰ ਦੁਮਤਾ ਨਾ ਦਿਖਤਾ ਨਾ ਦਿਖਤਾ ਨਾ ਦਿਖਤਾ ਨਾ ਦਿਖਤਾ ਨਾ ਦਿਖਤਾ ਕਿੱਥੇ ਦਿੱਕਤ ਆ ਕਹਿੰਦੀ ਦਿੱਕਤ ਆ ਬਸੰਤੀ ਬਸੰਤੀ ਬਣ ਗਈ ਜੀ ਹੈ ਇਨ ਕੁੱਤੋ ਕੇ ਸਾਹਮਣੇ ਮਤ ਨੱਚਣਾ ਸਾਹਿਬ ਜੀ ਗੱਲ ਸਾਹਿਬ ਜੀ ਗੱਲ ਕਿੱਥੇ ਜਾ ਰਹੀ ਹੈ ਇੱਕ ਮਿੰਟ ਉਹ ਕੋਈ ਡਾਕੂ ਡੂਕੂ ਨਹੀਂ ਲੱਗਦਾ ਕੋਈ ਫਿਲਮੀ ਕੀੜਾ ਹੈਗਾ ਐਵੇਂ ਹੀ ਆ ਗਿਆ ਇੱਥੇ ਡਰੈਸ ਡਰੁੱਸ ਪਾ ਕੇ ਸਾਨੂੰ ਪਤਾ ਨਹੀਂ ਕੀ ਕਹੀ ਜਾਂਦਾ ਬਸੰਤੀ ਇਹਨੂੰ ਕਿਹੜੀ ਲੱਭਣ ਡਈ ਜਨਾਬ ਗਾਲੀਆ ਤੇਰਾ ਚਾਚਾ ਤੇ ਨਹੀਂ ਕਿਤੇ ਜਿਹਨੇ ਫਿਲਮ ਚ ਕੰਮ ਕੀਤਾ ਰੰਗ ਬੜਾ ਮੈਚ ਕਰਦਾ ਵੀ ਤੁਹਾਡਾ ਜਨਾਬ ਤੁਸੀਂ ਮੈਨੂੰ ਕੌਣ ਆ ਤੂੰ ਓਏ ਮੈਂ ਡਾਕੂ ਰੋ ਮੇਰਾ ਬਹੁਤ ਆ ਓਏ ਕੌਣ ਆ ਤੂੰ ਗੱਬਰ ਮੈਂ ਭਰਿਆ ਪਿਆ ਵਾਲਿਆ ਕੌਣ ਆ ਤੂੰ ਵੈਸੇ ਗੁੱਸਾ ਨਾ ਕਰੋ ਪਿੱਛੋਂ ਆਵਾਜ਼ ਮਾਰੀ ਨਾ ਨਾ ਹਾਂ ਤੁਹਾਡਾ ਮੂੰਹ ਵੀ ਏਦਾਂ ਲੱਗਣ ਦਿਆ ਜਿੱਦਾਂ ਡਾਕੂਆਂ ਨੇ ਰਫਲ ਪੁੱਟੀ ਟੰਗੀ ਹੋਵੇ ਪਿੱਪਲ ਦੇ ਪੇੜ ਦੇ ਉੱਤੇ ਟੰਗੀ ਜਿਹੜੀ ਪੁੱਟੀ ਕਰੀ ਜਦੋਂ ਪੁੱਠੀ ਟੰਗੀ ਹੋਵੇ ਤੇ ਜੇ ਚੱਲ ਪਵੇ ਤਾਂ ਕੀ ਹੁੰਦਾ ਫਿਰ ਰੋਬ ਆ ਸਾਡਾ ਰੋਬ ਲਾਕੇ ਚ ਪੂਰਾ ਰੋਬ ਆ ਸਾਡਾ ਜਦ ਖਾਲਾ ਜਾ ਕੇ ਇੱਥੇ ਕੀ ਦਿਖਾਉਣ ਦਿਆ ਫਿਰ ਇਹ ਕੋਈ ਬਿਮਾਰੀ ਆ ਇੱਥੇ ਮੇਰੀ ਗੱਲ ਸੁਣ ਰੋਬ ਬਣਾ ਜੇ ਤੈਨੂੰ ਇੱਥੇ ਸਾਡੇ ਹਕੀਮ ਸਾਹਿਬ ਬੈਂਦੇ ਉਹਨਾਂ ਨੂੰ ਦਿਖਾ ਲੈ ਮੈਨੂੰ ਲੱਗਦਾ ਰੋਬ ਦੀ ਪ੍ਰੋਬ ਹੈਗੀ ਤੁਹਾਨੂੰ ਕੋਈ ਪ੍ਰੋਬਲਮ ਹੋਈ ਆ ਹਾਂ ਦੱਸੋ ਜੀ ਕੀ ਪ੍ਰੋਬਲਮ ਹੈ ਤੁਹਾਨੂੰ ਹਫਤਾ ਦਿਓ ਹੈ ਹਫਤਾ ਦਿਓ ਮੈਂ ਮਹੀਨਾ ਨਾ ਦਵਾਂ ਤੁਹਾਨੂੰ ਮੈਂ ਥਾਣੇ ਚ ਬੰਦ ਕਰੂੰ ਤਿੰਨ ਕੁ ਸਾਲ ਦੇ ਫਿਰ ਮੈਂ ਤੁਹਾਨੂੰ ਹਫਤਾ ਦੇ ਦਾਂਗਾ ਇਹ ਕੀ ਆ ਹਫਤਾ ਦਿਓ ਮੈਂ ਐਤਵਾਰ ਸੋਮਵਾਰ ਕਿਹੜਾ ਹਫਤਾ ਚਾਹੀਦਾ ਤੁਹਾਨੂੰ ਮੈਂ ਚਾਹ ਤੈਨੂੰ ਚੌਥਾ ਹਫਤਾ ਦਿੱਤਾ ਜਾ ਮੈਂ ਐਤਵਾਰ ਸੋਮਵਾਰ ਮੰਗਲਵਾਰ ਵੀਰਵਾਰ ਬੁੱਧਵਾਰ ਇਹ ਨਹੀਂ ਮੰਗੇ ਪੈਸੇ ਵਾਲਾ ਹਫਤਾ ਮੰਗਿਆ ਕਿਸ ਤਰ੍ਹਾਂ ਮੰਗਿਆ ਪੈਸੇ ਵਾਲਾ ਹਫਤਾ ਮੰਗਿਆ ਤੇ ਤਾੜੀ ਮਾਰ ਕੇ ਕਿਉਂ ਮੰਗਦਾ ਪਿਆ ਪੌਦਾ ਮੰਗ ਤਾੜੀ ਇਹ ਕਿਹੜਾ ਹਫਤਾ ਹੋਇਆ ਬਈ ਪੌਦਾ ਦਿੰਦਾ ਨਹੀਂ ਕੋਈ ਇਦਾਂ ਤੇ ਇੱਕ ਸਕਿੰਟ ਹੀ ਬੀਤਿਆ ਹਫਤਾ ਦੇ ਟਾਈਮ ਲੱਗਦਾ ਤੁਸੀਂ ਮੇਰੀ ਦਹਿਸ਼ਤ ਨਹੀਂ ਜਾਣਦੇ ਵਾਹ ਜੀ ਵਾਹ ਤੁਸੀਂ ਕੀ ਕੁੱਕੜੀਆਂ ਨੂੰ ਡਰਾਉਂਦੇ ਹੋ ਮੇਰੀ ਦਹਿਸ਼ਤ ਇੰਨੀ ਆ ਜਦੋਂ ਮੈਂ ਡਾਕਾ ਮਾਰਨ ਜਾਣਾ ਕੁੜੀਆਂ ਵੀ ਆਪਣਾ ਦਿਲ ਹਾਰ ਦਿੰਦੀਆਂ ਮੇਰੇ ਤੋਂ ਵਾਹ ਜੀ ਵਾਹ ਹਾਰ ਨਹੀਂ ਦਿੰਦੀਆਂ ਕੁੜੀਆਂ ਵੀ ਤੁਹਾਨੂੰ ਜੁੱਤੀਆਂ ਦਾ ਹਾਰ ਦਿੰਦੀਆਂ ਤੁਹਾਨੂੰ ਭੁਲੇਖਾ ਲੱਗਣ ਡਿਆ ਇੱਕ ਦਾ ਹਾਰ ਡਾਕੂ ਸਾਹਿਬ ਮੈਨੂੰ ਦੱਸੋ ਤੁਹਾਨੂੰ ਗਾਣਾ ਆਉਂਦਾ ਕੋਈ ਆਉਂਦਾ ਜੀ ਵਾਹ ਜੀ ਵਾਹ ਦੇਖੋ ਭਲਾ ਮੈਂ ਕਿੱਦਾਂ ਪਛਾਣਿਆ ਦੱਸੋ ਭਲਾ ਲਾਸਟ ਅਸਾਈਨਮੈਂਟ ਨਾ 2 ਸਾਲ ਹੋ ਗਏ ਕੰਮ ਕਰਦੇ ਮੈਨੂੰ ਪਤਾ ਨਹੀਂ ਤੂੰ ਗਾਣੇ ਗਾਣਾ ਸੁਣਾ ਇੰਨੀ ਸੋਹਣੀ ਵਾਇਓ ਤੋਂ ਡਾਕੂ ਬਣਿਆ ਦੇ ਹਾਂਜੀ ਸਰ ਸੁਣਾ ਸੁਣਾ ਮੰਗ ਮੰਗ ਲਿਆ ਕਰ ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਵੇਖਿਆ ਨਾ ਚਾਹੁੰਦੇ ਵੀ ਹੋਰਾਂ ਨੂੰ
ਚਾ ਕੇ ਵੇਖਿਆ ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਵੇਖਿਆ ਨਾ ਚਾਹੁੰਦੇ ਵੀ ਹੋਰਾਂ ਨੂੰ ਚਾ ਕੇ ਵੇਖਿਆ ਹਰ ਸਾਦੇ ਨਾਲ ਬੜੀ ਕੋਸ਼ਿਸ਼ ਤੇ ਕੀਤੀ ਮੈਂ ਕਿ ਫਿਰ ਝੂਠਾ ਨਾ ਪੈ ਜਾਵਾਂ ਆਪਣੀ ਗੱਲ ਤੋਂ ਕੀ ਬਾਤ ਅੱਜ ਇੱਕ ਹੋ ਸਾਲ ਹੋ ਗਿਆ ਕਹਿੰਦੇ ਨੂੰ ਕਿ ਮੈਂ ਤੈਨੂੰ ਯਾਰ ਭੁੱਲ ਜਾਣਾ ਕੱਲ ਤੋਂ ਬੈਂਕ ਲੋਟਾਂ ਤੇ ਆਪਣੇ ਦਿਨ ਜਸ਼ਨ ਕਰਦੇ ਆ ਜਾ ਕੇ ਅੱਡੇ ਤੇ ਹਾਂਜੀ ਹਾਂਜੀ ਸਰ ਇਹ ਉੱਥੇ ਐਂਟਰਟੇਨ ਕਰਦਾ ਹੈ ਲੱਗਦਾ ਵੀ ਸਰ ਉਹੀ ਹੈ 01 ਲਿਖਿਆ ਹੋਣਾ ਸਿਰ ਤੇ ਹਾਂਜੀ ਤੇ ਇਹ ਕੋਈ ਜ਼ਿਆਦਾ ਵੱਡਾ ਡਾਕੂ ਨਹੀਂ ਹੈਗਾ ਕੋਈ ਡਾਕੂ ਹੈ ਹੀ ਨਹੀਂ ਉਹ ਗਵਾਈ ਨਹੀਂ ਸੁਣੀ ਉਹ ਤੇ ਗਾਣੇ ਸੁਣਾਉਂਦਾ ਐਂਟਰਟੇਨ ਕਰਦਾ ਡਾਕੂ ਮੈਨੂੰ ਵੀ ਸਿਰ ਬਸੰਤਾ ਕਹਿਣ ਲੱਗ ਪਿਆ ਕੀ ਕਹਿ ਬਸੰਤਾ ਨਾਚ ਕੇ ਦਿਖਾ ਬਸੰਤਾ ਹਾਂਜੀ ਸਿਰ ਉਹ ਤੇ ਪੁੱਤਰ ਫਿਰ ਥੋੜੀ ਥੋੜੀ ਨਿਕਲ ਆਈ ਨਾ ਹੁਣ ਫਿਰ ਤਾਂ ਦੇਖ ਲਈ ਹੋਣੀ ਪਤਾ ਲੱਗਦਾ ਫਿਰ ਸਰ ਹਾਂਜੀ ਕੱਲ ਸੇ ਸ਼ੇਵ ਕਰ ਲੂੰਗੀ ਚੰਗੀ ਤਰ੍ਹਾਂ ਹਾਂਜੀ ਕੀ ਆਪਣਾ ਡਾਕੂ ਸਾਹਿਬ ਤੁਸੀਂ ਮੇਰਾ ਮਜ਼ਾਕ ਉਡਾਇਆ ਨਾ ਨਹੀਂ ਨਹੀਂ ਹਾਲਾਂਕਿ ਤੁਹਾਨੂੰ ਥੋੜਾ ਆਉਣਾ ਚਾਹੀਦਾ ਸੀ ਆਹੀ ਆਹੀ ਮਜ਼ਾਕ ਉਡਾ ਕੇ ਸਾਰਿਆਂ ਦੋ ਮਿੰਟ ਰੁਕੋ ਇੱਥੇ ਮੈਗੀ ਬਣਾਉਣ ਲੱਗੇ ਚੁੱਪ ਚਾਪ ਲੰਘੀਦਾ ਵੈਲੀਆਂ ਦੇ ਪਿੰਡ ਚੋਂ ਇੱਥੇ ਅੱਛਾ ਕਹਿੰਦਾ ਚੁੱਪ ਚਾਪ ਲੰਘੀਦਾ ਵੈਲੀਆਂ ਦੇ ਪਿੰਡ ਤੋਂ ਫਿਰ ਰੋਬ ਕਾਹਦਾ ਤੇਰਾ ਇੱਧਰਾਂ ਹੀ ਹਰਦੀਪ ਵਿਰਕ ਨੂੰ ਪੁੱਛੋ ਅੱਛਾ ਚੁੱਪ ਚਾਪ ਲੰਘੀਦਾ ਵੈਲੀਆਂ ਦੇ ਪਿੰਡ ਚੋਂ ਅੱਛਾ ਮੈਗੀ ਨਾਲ ਪਹਿਲਾਂ ਬਣ ਜਾਂਦੀ ਚੁੱਪ ਚਾਪ ਲੰਘੀਦਾ ਵੈਲੀਆਂ ਦੇ ਪਿੰਡ ਚੋਂ ਇੱਥੇ ਮੈਗੀ ਨਾਲੋਂ ਪਹਿਲਾਂ ਬਣ ਜਾਂਦੀ ਛੱਬੀਏ ਹੁਣ ਉਹਨਾਂ ਨੂੰ ਪਤਾ ਜੀ ਕਿਉਂ ਮੈਗੀ ਬਣਾਉਣ ਤੋਂ ਪਹਿਲਾਂ ਬੰਦਾ ਕੁੱਟ ਦਿੰਦੇ ਹੋਣੇ ਮੈਂ ਇੱਕ ਵਾਰੀ ਜੇ ਲੈ ਲਿਆ ਨਾਮ ਤੇ ਜ਼ਰੂਰੀ ਆ ਕਿ ਤੁਸੀਂ ਸਾਰਿਆਂ ਨੇ ਲੈਣਾ ਹੈ ਕਿਹੜਾ ਨਾਮ ਜੀ ਮੈਗੀ ਖਾਣਦਾਰ ਕੋਈ ਵੀ ਮਹਿੰਗੀ ਚੀਜ਼ ਹੋਵੇ ਇਹਨੂੰ ਮੈਂ ਛੱਡਣਾ ਨਹੀਂ ਪੈਸੇ ਦੇ ਦੇਣੀ ਓਏ ਮੇਰੀ ਗੱਲ ਸੁਣ ਓਏ ਇਹਨੂੰ ਕੁਛ ਨਾ ਕਹੀਂ ਤੇਰਾ ਭਲਾ ਓ ਆ ਓਏ ਇਹ ਆਪ ਹੀ ਖਰਬੋ ਮਾਰਦਾ ਹਾਂ ਮੇਰੀ ਗੱਲ ਸੁਣ ਓਏ ਇਹਨੂੰ ਕੁਛ ਨਾ ਕਹੀਂ ਮਾਰ ਦੇ ਖਬਰਦਾਰ ਜੇ ਇਹਦੇ ਮੂੰਹ ਤੇ ਮੁੱਕੇ ਮਾਰੇ ਤੂੰ ਤੇ ਖਬਰਦਾਰ ਜੇ ਇਹਦੇ ਵਾਲ ਖਿੱਚੇ ਜਿਹੜੇ ਟੁੱਟ ਮਾਰ ਪਿੱਛੋ ਵਾਲ ਇੱਥੇ ਕਿੱਥੇ ਆ ਵਾਲ ਕੱਚ ਤੇਰੇ ਵਾਲ ਇੱਥੇ ਕੱਚ ਚ ਆਏ ਹੈ ਓ ਮੇਰੀ ਗੱਲ ਸੁਣ ਓਏ ਕੀ ਅਸੀਂ ਜਾਨਾ ਤੂੰ ਇਹ ਕਿਹੜਾ ਕਿਡਨੈਪਰ ਹੋਇਆ ਨਾਲੇ ਉਹਨੂੰ ਕਿਡਨੈਪ ਕੀਤਾ ਨਾਲੇ ਦੰਦ ਕੱਢੀ ਜਾਣ ਦੇ ਕਿੱਥੇ ਜੀ ਏਦਾਂ ਕਿੱਦਾਂ ਗੁੱਸੇ ਆ ਇਹ ਕੰਮ ਕਰ ਗੁੱਸੇ ਆ ਗੁੱਸੇ ਇਹ ਕੰਮ ਕਰ ਲੈ ਜਾ ਇਹਨੂੰ ਸਾਨੂੰ ਨਹੀਂ ਚਾਹੀਦਾ ਦਫਾ ਲੈ ਜਾ ਚੱਲ ਬਾਏ ਬਾਏ ਜੋਨੇ ਕੱਲ ਆਉਂਗਾ ਜੀ ਕੱਲ ਜ਼ਰੂਰ ਆਉਂਗਾ ਜੀ ਕੱਲ ਕਿੱਥੋਂ ਆਏਗਾ ਉਹ ਡਾਕੂ ਲੈ ਜਾ ਸਾਨੂੰ ਨਹੀਂ ਲੋੜ ਲਓ ਜੀ ਇਹ ਤਾਂ ਚਲੇ ਗਏ ਆ ਆਪਾਂ ਨੂੰ ਹੋ ਗਿਆ ਇੰਜੋਏ ਹੁਣ ਨਹੀਂ ਆਊਗਾ ਜੋਣਾ ਇੱਥੇ ਤੇ ਡਾਕੂ ਦਾ ਸਭ ਕੁਝ ਸ਼ੁਕਰਾਨਾ ਕਰਨਾ ਚਾਹੀਦਾ ਕਿ ਸਾਡਾ ਬੰਦਾ ਲੈ ਗਿਆ ਤੇ ਚਲੋ ਕੋਈ ਗੱਲ ਨਹੀਂ ਹੁਣ ਅਸੀਂ ਤੁਹਾਨੂੰ ਕੱਲ ਮਿਲਾਂਗੇ ਇਸੇ ਚੈਨਲ ਇਸੇ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈ ਜੀ ਜਨਾਬ